ਉਹ ਕੋਈ ਸਪੋਰਟ ਨਹੀਂ ਕਰਦਾ ਜਦੋਂ ਸੇ ਮੇਰੀਆਂ ਅੱਖਾਂ ਬਲੈਂਡ ਹੋਈ ਹੈ ਜਦੋਂ ਸੇ ਕੋਈ ਨਹੀਂ ਕਰਦਾ ਕਿ ਜਦੋਂ ਮੁੰਡੇ ਦੇ ਸਿਰ ਤੇ ਇੰਨੀ ਵੱਡੀ ਮੁਸੀਬਤ ਆਈ ਕਿ ਉਹ ਦੇਖ ਨਹੀਂ ਸਕੇ ਮਾਪਿਓ ਨੇ ਘਰੋਂ ਬਾਹਰ ਕੱਢਤਾ ਕੀ ਗੱਲ ਤੁਸੀਂ ਦੇਖ ਰਹੇ ਹੋ ਤਾਂ ਸਿੱਧੀ ਹੈਡਲਾਈਨ ਤਾਂ ਮੈਂ ਹਾਂ ਨਿਹਮਲਿਕ ਅਕਸਰ ਹੀ ਅਸੀਂ ਤੁਹਾਨੂੰ ਏਦਾਂ ਦੀ ਵੀਡੀਓਜ਼ ਦਿਖਾਉਂਦੇ ਆ ਜਿਦੇ ਵਿੱਚ ਬਹੁਤ ਜ਼ਿਆਦਾ ਮੋਟੀਵੇਸ਼ਨਲ ਹੁੰਦੇ ਆ ਤੇ ਬਹੁਤ ਜ਼ਿਆਦਾ ਲੋਕ ਜਿਹੜੇ ਆ ਦੁਖੀ ਹੁੰਦੇ ਨੇ ਪਰ ਅੱਜ ਸਾਡੇ ਨਾਲ ਇੱਕ ਏਦਾਂ ਦਾ ਸਖਸ਼ ਮੌਜੂਦ ਆ ਜੋ ਕਿ ਦੁਖੀ ਆ ਤਾਂ ਸਿਰਫ ਆਪਣੇ ਸ਼ਰੀਰ ਤੋਂ ਹੀ ਸਾਡੇ ਨਾਲ ਮੌਜੂਦ ਆ ਭਗਲਵਾਤ ਕਰ ਲੈਨੇ ਤੇ ਸਭ ਤੋਂ ਵੱਡੀ ਗੱਲ ਆ ਉਹ ਅੱਖਾਂ ਤੋਂ ਆਪਣੀ ਦੇਖ ਨਹੀਂ ਸਕਦਾ ਤੇ ਅੱਜ ਦੇ ਟਾਈਮ ਦੇ ਵਿੱਚ ਉਹਨੂੰ ਸਿੰਗਰ ਬਣਨ ਦਾ ਬਹੁਤ ਸ਼ੌਂਕ ਕਰਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਰਦੇ ਹਾਲਾਤ ਕਿਸ ਤਰੀਕੇ ਦੇ ਨਾਲ ਖਰਾਬ ਆ ਕਰਦੀ ਜੇ ਛੱਤ ਦੀ ਗੱਲ ਕੀਤੀ ਜਾਵੇ ਬਿਲਕੁਲ ਹੀ ਨੇੜੇ ਆ ਤੇ ਇਹ ਘਰ ਦੇ ਹਾਲਾਤ ਇੰਨੇ ਜਿਆਦਾ ਖਰਾਬ ਆ ਕਿ ਥੱਲੇ ਜਾਣ ਲਈ ਉਹਨਾਂ ਨੇ ਬੋਰੀਆਂ ਦਾ ਸਹਾਰਾ ਲਿਆ ਹੋਇਆ ਹੈ ਕਿ ਇੱਕ ਤਾਂ ਬੰਦਾ ਬੰਦਾ ਜਿਹੜਾ ਆ ਉਹ ਅੰਦਾਜ਼ੇ ਕਿ ਦੇਖ ਨਹੀਂ ਸਕਦਾ ਤੇ ਉਪਰੋਂ ਉਹਨਾਂ ਨੂੰ ਜਾਣਦੇ ਆਉਣ ਦੇ ਵਿੱਚ ਕਿੰਨੀ ਜ਼ਿਆਦਾ ਸਮੱਸਿਆ ਹੋ ਸਕਦੀ ਹੈ ਤੁਸੀਂ ਆਪ ਦੇਖ ਸਕਦੇ ਹੋ ਪਿੱਛੇ ਇਹਨਾਂ ਨੇ ਬੋਰੀਆਂ ਲਾਏ ਹੋਏ ਨੇ ਸਿਮਿੰਟ ਦੇ ਜਿਹੜੀ ਕੱਟੇ ਨੇ ਉਹ ਸਿਮਿੰਟ ਦੇ ਜਿਹੜੀ ਬੋਰੀਆਂ ਨੇ ਉਹ ਲਾਈਆਂ ਹੋਈਆਂ ਨੇ ਥੱਲੇ ਜਾਣ ਨੂੰ ਇੰਨੇ ਵੀ ਉਹਨੇ ਕੋਲ ਪੈਸੇ ਨਹੀਂ ਹੈਗੇ ਕਿ ਆਪਣਾ ਘਰ ਜਿਹੜਾ ਹੈ ਉਹ ਬਣਾ ਲਵੇ ਤੇ ਸ਼ਰੀਰ ਤੋਂ ਵੀ ਇੰਨਾ ਜ਼ਿਆਦਾ ਉਹ ਦੁਖੀ ਨੇ ਕਿ ਆਪਣੀ ਅੱਖਾਂ ਤੋਂ ਉਹ ਦੇਖ ਨਹੀਂ ਸਕਦੇ ਆ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਣੇ ਤੇ ਪੁੱਛ ਲੈਣੇ ਆ ਕਿੰਨੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕਿੰਨੀ ਜ਼ਿਆਦਾ ਦਿੱਕਤ ਆ ਤਾਂ ਜਿਹੜਾ ਸਾਹਮਣਾ ਉਹ ਕਰਨਾ ਪੈਂਦਾ ਹੈ ਤੇ ਕੀ ਕੀ ਹਾਲਾਤ तो उन्होंने तो अगर बात की जाए आपके आंखों की कितने आप बचपन से ही आप देख नहीं सकते या फिर कुछ ऐसा एक्सीडेंट हुआ जिसके कारण आपने कुछ दिनों पहले ही देखना बंद हो गया ये मेरा मैम 2018 से कुदरती मतलब कि मैं ब्लाइंड हो गया था मुझे दिखना कम, कम हो गया था धीरे धीरे करके और आज के टाइम पे मैं पूरा ब्लाइंड हूँ मुझे कोई सामने का इंसान भी नहीं दिखता मैं काफी मतलब कि बहुत ज्यादा अफसोस करता हूँ क्या मेरे साथ ये क्या हो गया क्या हो गया मैं ठीक होना चाहता हूँ कारण, नहीं नहीं। कारण क्या था कि आपको देखना बंद होगा कारण ये था क्या ये, ये कुदरती हो गया मुझे भी नहीं पता था ये कैसे हो गया मतलब कि एक बार मेरा दीवार में सर लग गया था तो मेरे सर में काफ़ी मतलब कि स्क्रैच वगैरह काफ़ी आ गए थे तो उसके कारण मेरा सर दर्द होने लग गया था तो मैं डॉक्टर के पास गया तो उन्होंने बोला आपके मोतियाँ बींदा है आपकी आंखों के पर्दे घट गए मैंने सरकारी इलाज कराया चार मेरे ऑपरेशन हुए वो भी सक्सेसफुल नहीं हो पाए मैम

तो मैं लुधियाना में आया अपनी नानी के घर मेरी नानी ने मेरी रखवाली करी और मतलब कि काफ़ी रखवाली करी और मतलब कि मैं काफ़ी परेशान था और परेशान हूँ आपने बोला कि आपके मम्मी पापा ने आपको घर से बाहर निकाल दिया ऐसा कौन सा कारण था कि आपको घर से बाहर निकाल दिया कि हम काफ़ी गरीब थे और हम झुग्गी में रहते थे तो इतनी इनकम भी नहीं थी जो मतलब कि वो पैसा लगा सके मेरे पे हाँ भी अपने बच्चों की आँख वगैरह ठीक करवा दे और कुछ मैंने मतलब कि अपनी भी थोड़ी है मतलब कि नशे वगैरह मैंने करे मैंने दुख में करे क्या मैंने ये सोचा कि मेरे आगे पीछे कोई है नहीं ਮਾਪ ਦਾ ਇੱਕ ਇਦਾਂ ਦਾ ਦਿਲ ਹੁੰਦਾ ਹੈ ਆ ਵੀ ਜਿੰਨਾ ਮਰਜੀ ਬੱਚਾ ਗਲਤ ਹੋਵੇ ਪਰ ਮਾਪੇ ਕਦੇ ਉਹਨੂੰ ਛੱਡ ਨਹੀਂ ਸਕਦੇ ਤੇ ਨਾ ਹੀ ਉਹਨੂੰ ਕਦੇ ਕੱਟ ਸਕਦੇ ਪਰ ਅੱਜ ਤੁਸੀਂ ਸ਼ਾਇਦ ਸ਼ਾਇਦ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਕਿੱਦਾਂ ਦੇ ਮਾਪੇ ਨੇ ਕਿ ਜਦੋਂ ਮੁੰਡੇ ਦੇ ਸਿਰ ਤੇ ਇੰਨੀ ਵੱਡੀ ਮੁਸੀਬਤ ਆਈ ਕਿ ਉਹ ਦੇਖ ਨਹੀਂ ਸਕੇ ਮਾਪਿਓ ਨੇ ਘਰੋਂ ਬਾਹਰ ਕੱਟਤਾ